ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਕੌਰ ਸੰਧੂ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ, ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ ਮੈਂ ਆਈ ਹੋਈ ਸੀਗੀ ਵਿਆਹ ਮੇਰੀ ਭੂਆ ਜੀ ਕੋਲ। ਜਿਵੇਂ ਕੱਲ੍ਹ ਇੱਕ ਬਲੌਗ ਆਪਾਂ ਤੁਹਾਨੂੰ ਦੇ ਚੁੱਕੇ ਹਾਂ, ਪਿਛਲਾ ਬਲੌਗ ਇਹ ਪਾਰਟ 2 ਹੈ। ਪਹਿਲਾਂ ਜਾਗੋ ਦਾ ਬਲੌਗ ਆਪਾਂ ਤੁਹਾਨੂੰ ਦੇ ਚੁੱਕੇ ਹਾਂ ਅਤੇ ਇਹ ਹੈਗਾ ਅੱਜ ਬਰਾਤ ਵਾਲਾ ਦਿਨ। ਸਵੇਰੇ ਅਸੀਂ ਉੱਧਰੋਂ ਦੂਜੇ ਭੂਆ ਜੀ ਕੇ ਕਿਣੀਓ ਤਿਆਰ ਹੋ ਕੇ ਆ ਗਏ ਸੀਗੇ। ਇੱਥੇ ਅਸੀਂ ਬੈਠੇ, ਚਾਹ ਪਾਣੀ ਚੱਲਦਾ ਸੀਗਾ। ਸਵੇਰੇ ਜਿਹੜਾ ਹੈਗਾ ਨਾਸ਼ਤੇ ਦੇ ਵਿੱਚ ਆਲੂ ਵਾਲੇ ਪਰੌਂਠੇ ਰਾਇਤਾ ਵਗੈਰਾ ਆਪ ਅਸੀਂ ਤਾਂ ਖਾ ਲਿਆ ਅਤੇ ਖਾ ਪੀ ਕੇ ਇੱਥੇ ਬੈਠ ਗਏ ਸੀਗੇ। ਬਰਾਤ ਵਾਲੇ ਹਜੇ ਤਿਆਰ ਹੋ ਰਹੇ ਨੇ, ਜਦੋਂ ਬਰਾਤ ਜਾਊਗੀ ਆਪਾਂ ਜਾਵਾਂਗੇ। ਇਹ ਮੇਰੇ ਭੂਆ ਜੀ ਉਰੀ ਬੈਠੇ ਆ, ਭੂਆ ਜੀ ਦੀਆਂ ਬੇਟੀਆਂ। ਇੱਥੇ ਸਵੇਰੇ ਮਲਵਈ ਗਿੱਧੇ ਵਾਲੇ ਆਪਦਾ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਇਹ ਮੇਰੀ ਭੂਆ ਜੀ ਦਾ ਛੋਟਾ ਬੇਟਾ ਜੀ। ਵੱਡੇ ਬੇਟੇ ਦੇ ਆਪਾਂ ਵਿਆਹ ਹੋਏ ਹਾਂ, ਵੱਡੇ ਬੇਟੇ ਦੇ ਬੇਟੇ ਦਾ ਵਿਆਹ। ਇਹ ਮੇਰੀ ਭੂਆ ਜੀ ਦੀ ਬੇਟੀ ਹੈ। ਅਸੀਂ ਇੱਥੇ ਬਾਹਰ ਬੈਠੇ ਸੀਗੇ, ਨਾਸ਼ਤਾ ਵਗੈਰਾ ਕਰ ਲਿਆ ਅਤੇ ਸਾਰੇ ਚਾਹ ਪੀ ਰਹੇ ਨੇ ਹੁਣ ਅਤੇ ਫਿਰ ਬਰਾਤ ਜਾਣ ਨੂੰ ਲੇਟ ਹੀ ਹੋਜੂ ਕਿਉਂਕਿ ਆਨੰਦ ਕਾਰਜ ਹੋਏ ਹੋਏ ਆ ਅਤੇ ਹੁਣ ਸਾਰੇ ਹੌਲੀ ਹੌਲੀ ਤਿਆਰ ਹੋ ਕੇ ਜਾਣਗੇ ਬਰਾਤ। ਹੁਣ ਜਿਹੜਾ ਸਿੱਧਾ ਹੈਗਾ ਪੈਲਸ 'ਚ ਹੀ ਜਾਣਾ ਜੀ। ਆਪਾਂ ਤਿਆਰ ਹੋਏ ਬੈਠੇ ਹਾਂ, ਦੇਖੋ ਜਦੋਂ ਰਿਸ਼ਤੇਦਾਰ ਆਈ ਜਾਣਗੇ, ਹਜੇ ਜਿਹੜੇ ਰਾਤ ਮੁੜ ਗਏ ਰਿਸ਼ਤੇਦਾਰ ਉਹ ਆਉਣਗੇ, ਫਿਰ ਕਿਤੇ ਬਰਾਤ ਜਾਊਗੀ। ਕਿੰਨੇ ਪੈਸੇ ਲੈਣੇ ਨੇ? ਆਹਦੇ ਭੂਆ ਬੈਠੀ ਆ, ਭੂਆ ਹੈਗੀ ਆ, ਤੂੰ ਵਧਾਈਆਂ ਲਓ ਤਾਂ ਆ ਭੂਆ ਤੋਂ ਲਓ। ਆ ਵੱਡੀ ਭੂਆ ਹੈ, ਤੂੰ ਨਿੱਕੀ ਭੂਆ। ਸਰ ਮੈਂ ਤਾਂ ਰੱਖ ਲਈ ਜੀ ਭੂਆ। ਬਸ ਤੂੰ ਕਿਹਾ ਸੀ ਵੀ ਵੰਡਾਂਗੇ, ਹੁਣ ਜਾਓ। ਲਓ ਜੀ ਬਰਾਤ ਦੀ ਤਿਆਰੀ ਹੈ। ਇੱਧਰ ਕੁਲਵਿੰਦਰ ਜੀ ਵੀ ਆ ਗਏ ਨੇ ਕਿਉਂਕਿ ਸਾਡਾ ਨਾਲ ਹੀ ਪਿੰਡ ਹੈ। ਸਵੇਰੇ ਆਏ ਨੇ, ਮੈਂ ਕੱਲ੍ਹ ਦੀ ਆਈ ਹੋਈ ਹਾਂ ਅਤੇ ਮੇਰੇ ਫੁੱਫੜ ਜੀ ਨੂੰ ਵੀਰੇ ਨੂੰ ਮਿਲ ਰਹੇ ਨੇ ਅਤੇ ਦੇਖਦੇ ਅੰਦਰ ਜਾ ਕੇ ਕਿੰਨੇ ਕੁ ਤਿਆਰ ਹੋ ਗਏ, ਕੌਣ ਰਹਿ ਗਿਆ। ਦੇਖੋ ਘਰ ਦਿਖਾਉਣੀ ਹੈ ਮੈਂ ਤੁਹਾਨੂੰ, ਬਹੁਤ ਸੋਹਣਾ ਘਰ ਬਣਾਇਆ ਕੋਠੀ। ਦੋਨੇ ਪੋਤੇ ਭੂਆ ਜੀ ਦੇ ਬਹੁਤ ਵਧੀਆ ਬਾਹਰ ਆ ਅਤੇ ਆਪਦਾ ਵਧੀਆ ਕੰਮ ਕਾਰ ਕਰਦੇ ਆ। ਬਹੁਤ ਸੋਹਣਾ ਘਰ ਤਿਆਰ ਕਰਾਇਆ ਹੋਇਆ। ਲਓ ਜੀ ਹੁਣ ਹੋਣ ਲੱਗ ਗਈ ਸਲਾਮੀ। ਸਵੇਰੇ ਜਿਵੇਂ ਕਿ ਬਰਾਤ ਚੜ੍ਹਨ ਵੇਲੇ ਹੈ ਨਾ ਸਲਾਮੀ ਹੁੰਦੀ ਹੈ। ਇਹ ਮੇਰੇ ਭੂਆ ਜੀ, ਫੁੱਫੜ ਜੀ, ਭੂਆ ਜੀ ਦਾ ਬੇਟਾ ਔਰ ਭਾਬੀ, ਉਹਨਾਂ ਦਾ ਛੋਟਾ ਬੇਟਾ, ਸਾਰੇ ਜਣੇ ਫੈਮਿਲੀ ਮੈਂਬਰ ਹਨ। ਬਸ ਹੁਣ ਸ਼ਗਨ ਹੋ ਕੇ ਫਿਰ ਚੱਲਦੇ ਹਾਂ ਸਾਰੇ ਜਣੇ ਅਸੀਂ ਵੀ ਇੱਥੇ। ਦੇਖੋ ਮੈਂ ਵੀ ਸਲਾਮੀ ਕਰ ਰਹੀ ਹਾਂ, ਇਹ ਮੇਰੇ ਭੂਆ ਜੀ ਦੀ ਬੇਟੀ ਹੈ ਨਾਲ ਮੇਰੇ। ਬਰਾਤ ਵੀ ਜਿਹੜੀ ਹੈਗੀ ਦੂਰ ਜਾਣੀ ਹੈ ਜੀ, 2-2.5 ਘੰਟਿਆਂ ਦਾ ਕਹਿੰਦੇ ਰਸਤਾ ਹੀ ਹੈਗਾ ਆ। ਭਾਈ ਰੂਪੇ ਜਾਣਾ ਪੈਲਸ ਦੇ ਵਿੱਚ ਅਤੇ ਚਲੋ ਹੁਣ ਦੇਖਦੇ ਹਾਂ ਕਿਉਂਕਿ ਘਰੋਂ ਵੀ ਬਹੁਤ ਲੇਟ ਹੋ ਗਏ ਤੁਰਨ ਨੂੰ। ਜਦੋਂ ਆਨੰਦ ਕਾਰਜ ਹੋਏ ਹੁੰਦੇ ਆ ਇੱਦਾਂ ਹੀ ਕਰਦੇ ਆ ਸਾਰੇ। ਇਹ ਮੇਰੇ ਭੂਏ ਦਾ ਛੋਟਾ ਬੇਟਾ ਅਤੇ ਉਹਨਾਂ ਦਾ ਭੂਏ ਦਾ ਪੋਤਾ ਅਤੇ ਭਾਬੀ ਜੀ,
ਇਹ ਛੋਟੇ ਵਾਲੇ ਪਰਿਵਾਰ ਨੇ, ਵੱਡੇ ਪਰਿਵਾਰ ਦੇ ਵਿੱਚ ਜਿਹੜਾ ਹੈਗਾ ਵਿਆਹ ਹੈਗਾ ਆ। ਲਓ ਜੀ, ਪੈਲਸ ਦੇ ਵਿੱਚ ਆਪਾਂ ਪਹੁੰਚ ਗਏ ਹਾਂ। ਇਹ ਪੈਲਸ ਹੈਗੀ ਹੈ ਭਾਈ ਰੂਪੇ, ਬਹੁਤ ਸੋਹਣੀ ਪੈਲਸ ਲੱਗਦੀ ਹੈ ਦੇਖਣ ਨੂੰ। ਫਿਰ ਅੰਦਰ ਜਾ ਕੇ ਦੇਖਦੇ ਹਾਂ, ਖੁੱਲ੍ਹੀ ਡੁੱਲੀ ਪੈਲਸ ਹੈ ਪੂਰੀ। ਜਿਹੜਾ ਹੈਗਾ ਪੂਰੇ 2 ਵੱਜ ਗਏ ਸੀਗੇ, ਸਾਰੀ ਬਰਾਤ ਇੱਥੇ ਪਹੁੰਚ ਗਈ। ਦੇਖੋ ਬਰਾਤ ਦੀ ਐਂਟਰੀ ਸਾਰਿਆਂ ਦੀ ਹੋ ਗਈ ਹੈ, ਅਤੇ 2 ਵੱਜ ਗਏ ਸੀਗੇ, 12 ਵਜੇ ਚੱਲੇ ਸੀਗੇ, 12:15, ਬਸ 2 ਦਾ ਲਵੇ ਲਾਉਣੀ ਹੋ ਗਿਆ ਟਾਈਮ। ਜਿਹੜਾ ਹੈਗਾ ਹੁਣ ਸਾਰੇ ਜਣੇ ਪਹੁੰਚੇ ਆ, ਬਸ ਇੱਥੇ ਪਹਿਲਾਂ ਜਿਵੇਂ ਮਿਲਣੀਆਂ ਵਗੈਰਾ ਹੋਣਗੀਆਂ ਨਾ, ਫਿਰ ਚੱਲਾਂਗੇ ਅੰਦਰ ਸਾਰਿਆਂ ਦੇ ਨਾਲ ਹੀ ਇਕੱਠੇ ਹੋ ਕੇ। ਬਹੁਤ ਸੋਹਣੀ ਡੈਕੋਰੇਸ਼ਨ ਕਰੀ ਹੋਈ ਸੀਗੀ ਪੈਲਸ ਦੇ ਵਿੱਚ, ਕਿਉਂਕਿ ਅਸੀਂ ਜ਼ਿਆਦਾਤਰ ਨੇੜੇ ਨੇੜੇ ਜੇ ਵਿਆਹ ਜਾਂਦੇ ਹਾਂ ਜੀ, ਦੂਜੇ ਦਾ ਵਿਆਹ ਕਦੇ ਹੀ ਆਉਂਦਾ ਹੈਗਾ, ਕਿਉਂਕਿ ਬਾਕੀ ਆਪਣਾ ਧੂਰੀ ਦੇ ਏਰੀਏ 'ਚ ਹੀ ਸਾਰੇ ਵਿਆਹ ਹੁੰਦੇ ਆ। ਬੈਠ ਗਈਆਂ ਮੈਡਮ ਪਹਿਲਾਂ ਹੀ ਫੋਟੋਆਂ ਕਰਾਉਣ, ਕੁਛ ਖਾ ਪੀ ਤਾਂ ਲਓ, ਫਿਰ ਕਰਾ ਲਿਓ। ਲਓ ਜੀ, ਅਸੀਂ ਤਾਂ ਇੱਥੇ ਬਾਹਰ ਹੀ ਬੈਠ ਗਏ ਸੀਗੇ ਸਾਰੇ ਜਾਣੇ, ਕਾਜੂ ਬਦਾਮਾਂ ਨਾਲ ਜੂਸ ਨਾਲ ਰੱਜ ਕੇ ਇੱਥੇ ਹੀ ਬੈਠ ਗਏ। ਇੱਥੇ ਕੌਫੀ ਵਗੈਰਾ ਮੰਗਾ ਲਈ, ਕੋਈ ਨਹੀਂ ਚਾਹ ਪਾਣੀ ਪੀਣ ਗਿਆ ਹੈਗਾ ਅੰਦਰ। ਕੁਛ ਤਾਂ ਠੰਡ ਹੈਗੀ, ਕੁਛ ਜਿਹੜਾ ਹੈਗਾ ਅੰਦਰ ਬਾਕੀ ਆਰਕੈਸਟਰ ਵਾਲੇ ਚੱਲ ਰਹੇ ਨੇ, ਹੈ ਨਾ, ਪ੍ਰੋਗਰਾਮ ਵਧੀਆ ਚੱਲ ਰਹੇ ਹੈ। ਬਾਕੀ ਇੱਥੇ ਬਾਹਰ ਵਧੀਆ ਲੱਗਦਾ, ਸਾਰੇ ਜਣੇ ਹੈ ਨਾ ਗੱਲਾਂ ਬਾਤਾਂ ਮਾਰ ਰਹੇ ਨੇ। ਵਿੱਚ ਭੈਣ ਉਰੀ ਅੱਜ ਹੀ ਮਿਲੀਆਂ ਨੇ ਜਿਹੜੀਆਂ ਹੈਗੀਆਂ, ਸਿੱਧਾ ਪੈਲਸ ਦੇ ਵਿੱਚ ਆਏ ਨੇ, ਹੈ ਨਾ, ਉਹਨਾਂ ਨਾਲ ਵੀ ਚਲੋ ਗੱਲਾਂ ਬਾਤਾਂ ਕਰਦੇ ਹਾਂ।
ਲਓ ਜੀ ਹੁਣ ਇੱਥੇ ਹੋਣ ਲੱਗ ਗਿਆ ਸਾਗਣ, ਆਪਾਂ ਵੀ ਸਾਗਣ ਕਰਦੇ ਹਾਂ। ਲਓ ਜੀ ਇੱਥੇ ਮੈਂ ਫੁੱਫੜ ਜੀ ਉਹਰੀਆਂ ਦੀਆਂ ਫੋਟੋਆਂ ਕਰ ਰਹੀ ਸੀ ਵੀਰੇ ਅਤੇ ਫੁੱਫੜ ਜੀ ਦੀਆਂ, ਅਤੇ ਮੇਰੇ ਫੁੱਫੜ ਜੀ ਆ, ਨਾਲ ਕੁਲਵਿੰਦਰ ਜੀ ਨੂੰ ਵੀ ਬੁਲਾ ਲਿਆ ਮੈਂ, ਸਾਰਿਆਂ ਦੇ ਇਹਨਾਂ ਦੀ ਫੋਟੋਆਂ ਕਲਿੱਕ ਕਰ ਰਹੀ ਸੀ, ਨਾਲ ਜਿਹੜਾ ਹੈਗਾ ਵੀਡੀਓ ਦਾ ਵੀ ਆਪਾਂ ਨੇ ਵੀਡੀਓ ਲੈ ਲਈ ਥੋੜ੍ਹੀ ਜੀ। ਸਾਗਣ ਆਪਾਂ ਨੇ ਕਰਤਾ, ਹੁਣ ਆਪਾਂ ਚੱਲਦੇ ਹਾਂ। ਸੋ ਨਾਮਕਾ ਪਰਿਵਾਰ ਹੈ, ਸਰਦਾਰ ਸਿੱਧੂ ਫੈਮਿਲੀ ਹੈ ਜੀ, ਬੁਲਾ ਸਾਹਿਬ ਦੇ ਮਾਮਾ ਜੀ, ਸਰਦਾਰ ਤਰਸੇਮ ਸਿੰਘ ਜੀ, ਸਰਦਾਰ ਜੱਗਾ ਸਿੰਘ ਜੀ, ਮਾਸਰ ਜੀ, ਸਰਦਾਰ ਨੈਣ ਸਿੰਘ। ਲਓ ਜੀ ਵਿਆਹ ਚੱਲ ਰਿਹਾ, ਅਜੇ ਤਾਂ ਬਹੁਤ ਟਾਈਮ ਲੱਗੂ, ਅਸੀਂ ਚੱਲੇ ਹਾਂ ਘਰੇ, ਬਸ 4 ਵਜੇ ਨੂੰ ਅਸੀਂ ਵਾਪਸ ਮੁੜ ਪਏ ਸਾਗਣ ਕਰਕੇ, 2 ਵਜੇ ਪਹੁੰਚੇ ਸੀਗੇ, 2 ਘੰਟਿਆਂ ਦਾ ਵਿਆਹ ਦੇਖ ਕੇ ਹੁਣ ਅਸੀਂ ਘਰ ਚੱਲੇ ਹਾਂ ਵਾਪਸ। ਬਸ ਜਿਹੜੇ ਅੱਜ ਕੱਲ੍ਹ ਦੇ ਵਿਆਹ ਹੈਗੇ ਜੀ 2-3 ਘੰਟਿਆਂ ਦੇ ਰਹਿ ਗਏ, ਇੰਨਾ ਅਗਲਾ ਆਪਦੇ 'ਤੇ ਪੈਸਾ ਲਾ ਦਿੰਦਾ ਤਿਆਰ ਹੋਣ 'ਤੇ ਜਾਂ ਪੈਲਸਾਂ 'ਤੇ, ਹੈ ਨਾ, ਵਿਆਹ ਥੋੜ੍ਹੇ ਜਿਹੇ ਟਾਈਮ ਦੇ ਰਹਿ ਗਏ ਬਸ।
ਮਾਰਨ ਲਈ। ਹਾਂ ਦੇਖੋ ਮੈਡਮ ਪਿੱਛੇ ਆ ਜਾਓ, ਪਿੱਛੇ ਇੱਕ ਮਿੰਟ, ਹਾਂ ਥੋੜ੍ਹਾ ਜਿਹਾ ਇੱਕ ਸਟੈਪ ਅੱਗੇ ਆਉਣਾ ਪੈਣਾ ਤੁਹਾਨੂੰ। ਨਹੀਂ 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 ਵੀਰੇ, ਕੋਟੇ 'ਤੇ ਬੈਠਣਾ ਪੈਣਾ ਵੀਰੇ, ਇਹ ਗੱਲ ਨਹੀਂ ਬਣਨੀ, ਕੋਟੇ 'ਤੇ ਬੈਠਣਾ ਪੈਣਾ ਵੀਰੇ, ਇੱਕ ਵਾਰ ਜੁੱਤੀ ਲਾ ਕੇ ਬਹਿ ਜਾ, ਬਹਿ ਜਾ ਕਿਉਂ ਮਰਜ਼ੀ ਬਹਿ ਜਾ। ਦੇਖੋ ਸਾਹਮਣੇ, ਦੇਖੋ ਸਾਹਮਣੇ, ਇੱਦਾਂ ਦੇਖਿਓ ਵੀਰੇ, ਘਰ ਸਾਹਮਣੇ ਦੇਖਿਓ। ਚਲੋ ਹੁਣ ਹੋ ਜਾਓ ਸਾਈਡ 'ਤੇ ਵੀਰੇ, ਚਲੋ ਹੁਣ ਉੱਠੀ ਨਾ ਪਹਿਲਾਂ ਪੈਸੇ ਲੈ ਲੈ, ਸਾਈਕਲ ਦੇ ਜਲਦੀ ਜਲਦੀ ਵਜਨ ਦੇ, ਵਜਨ ਦੇਈ ਚੱਲ ਹੌਲੀ ਹੌਲੀ, ਹੌਲੀ ਹੌਲੀ ਵਜਨ ਦੇਈ ਚੱਲ ਵੱਧ। ਨਵੀ ਹਰੀ ਜਾਣ ਕੇ ਕਹਿੰਦੇ ਨੇ ਤੈਨੂੰ ਤਲ ਹੋ ਗਿਆ। ਜੇ ਮੰਨਦੇ ਤਾਂ ਤੁਸੀਂ ਨੀ ਮੰਨਦੇ, ਗਿਣ ਕੇ ਪਹਿਲੇ ਪਾ ਦਿੰਦੀ ਆਟਾ, ਬਸ ਕਾਲੇ ਪੂਰੇ ਨਹੀਂ ਹੁੰਦੇ ਬਹੁਤ ਇੱਧਰ ਦੇਖਿਓ ਸਾਹਮਣੇ, ਦੇਖਿਓ